ਐਲੀਗੇਸ਼ਨ ਤੁਹਾਡੇ ਤੇ ਹੁਣ ਲੱਗੇ ਨੇ ਜਿਹੜੇ ਬੰਦਿਆਂ ਦੇ ਸਿਟੀ ਸਾਹਮਣੇ ਨਾਮ ਦਿੱਤੇ ਨੇ ਉਹ ਸਾਰੇ ਤੁਹਾਡੇ ਟੀਮ ਮੈਂਬਰ ਹੀ ਨੇ ਤੁਹਾਡੇ ਟੀਮ 'ਚ ਹੀ ਨਿਕਲੇ ਹੋਏ ਮੈਂ ਨਾ ਇੱਕ ਸ਼ਰਮ ਕੀਤੀ ਹੋਈ ਜ਼ਿੰਦਗੀ 'ਚ ਮੈਂ ਜਿਨ੍ਹਾਂ ਨਾਲ ਬਹਿ ਕੇ ਖਾਧਾ ਨਾ ਮੈਂ ਉਹਨਾਂ ਦੇ ਖਿਲਾਫ ਬੋਲ ਨਹੀਂ ਸਕਦਾ ਉਹਨਾਂ ਨੇ ਸ਼ਰਮ ਲਾਈ ਹੋਈ ਹੈ ਉਹ ਸਵੇਰੇ ਸ਼ਾਮ ਘੁੰਮ ਰਹੇ ਨੇ ਬੰਦੇ ਲੱਭ ਰਹੇ ਨੇ ਕਿ ਕੋਈ ਜੁਰਤ ਵਾਲਾ ਬੰਦਾ ਸੇਠੀ ਵੀਰ ਵਰਗਾ ਲਾਈਵ ਹੋ ਕੇ ਅਨਮੋਲ ਨੂੰ ਗਾਲਾਂ ਕੱਢੇ ਤੇ ਐਕਟਿਵਾ ਚੱਕ ਕੇ ਪਹੁੰਚੀ ਸੇਠੀ ਕੋਲ ਹਣਾ ਉਹ ਆਪ ਨਹੀਂ ਸੇਠੀ ਬਣ ਪਾ ਰਹੇ ਹੈ ਜੀ ਉਹ ਤੁਹਾਡੇ ਖਿਲਾਫ ਇੰਨਾ ਕੁਝ ਬੋਲ ਸਕਦੇ ਤੁਸੀਂ ਕਿਉਂ ਬਈ ਮੇਰੀ ਹੈ ਨਹੀਂ ਨਾ ਮੇਰੀ ਉਹ ਇੱਕ ਹੁੰਦੀ ਨਹੀਂ ਇੱਕ ਯਾਰੀ ਦੀ ਕਿ ਮੈਦਾ ਨਹੀਂ ਹੈਗਾ ਮੇਰੇ 'ਚ ਮੈਂ ਯਾਰ ਮਾਰ ਨਹੀਂ ਕਰ ਸਕਦਾ ਮੈਂ ਜਿਨ੍ਹਾਂ ਨਾਲ ਖਾਧਾ ਹੋਇਆ ਜਿਨ੍ਹਾਂ ਨੂੰ ਖਵਾਇਆ ਹੋਇਆ ਉਹ ਮੇਰੇ ਖਿਲਾਫ ਕਿਉਂਕਿ ਦੇਖੋ ਜਿਹੜਾ ਬੰਦਾ ਸੱਚਾ ਹੈ ਨਾ ਉਹਨੂੰ ਡਰਨ ਦੀ ਲੋੜ ਨਹੀਂ ਰਾਤ ਨੂੰ ਇੱਕ ਮੈਂ ਮੈਸੇਜ ਕਰਿਆ ਸੀਗਾ ਮੈਂ ਕਿਹਾ ਜੇ ਤੇਰੇ ਜਿਹੜੇ ਤੇਰੇ 4-5 ਸਾਲ 'ਚ ਨਹੀਂ ਹੋਏ ਮੇਰੇ 4-5 ਘੰਟਿਆਂ 'ਚ ਹੋ ਜਾਣਗੇ ਤੁਸੀਂ ਇਹ ਸੋਚੋ ਮੈਂ ਇਹਨਾਂ ਨੂੰ ਕੱਲ ਕਹਿਤਾ ਸੀ ਕਹਿੰਦੇ ਮੈਂ ਕੱਲ ਆਣਾ ਮੈਂ ਕਿਹਾ ਤੁਹਾਡੇ ਨਾਲ ਦੇ ਜਿੰਨੇ ਤੁਹਾਨੂੰ ਉਂਗਲਾਂ ਦਾਰ ਨੇ ਕਿਸੇ ਨੇ ਨਹੀਂ ਆਣਾ ਜੇ ਸੱਚੇ ਹੁੰਦੇ ਤਾਂ ਮੋਹਰੇ ਆ ਜਾਂਦੇ ਕਿਹੜੀ ਡੰਗ ਪੈ ਗਈ ਸੀ ਬਾਈ ਆਏ ਹੀ ਆ ਨਾਲ ਦੋਸਤਾਂ ਨਾਲ ਆਇਆ ਸਾਰੇ ਖੜੇ ਨੇ ਆ ਜਾਂਦੇ ਸਾਰੇ ਲੁਧਿਆਣੇ ਦੇ ਕਿਉਂ ਨਹੀਂ ਆਏ ਇਹਦੇ ਨਾਲ ਵੀ ਸੇਵਾ ਕਰਨ ਹਾਂ ਕਿਉਂ ਨਹੀਂ ਆਏ ਹਾਂ ਇਹਦੇ ਤੋਂ ਇਹ ਸਕਦਾ ਵੀ ਜੇ ਮੈਂ ਇੰਨਾ ਗੱਲ ਨਾ ਜਿਵੇਂ ਉਦੋਂ ਸਾਡੀ ਟਸਰਬਾਜੀ ਨਾ ਹੁੰਦੀ ਇਸ਼ੂ ਨਾਲ ਚਲੋ ਛੋਟਾ ਭਾਈ ਹੈ ਜੀ ਮੇਰਾ ਠੀਕ ਹੈ ਟਸਰਬਾਜੀ ਨਾ ਹੁੰਦੀ ਮੈਂ ਹਾਈਪਰ ਹੋ ਕੇ ਵੀਡੀਓ ਨਾ ਪਾਉਂਦਾ ਹੋ ਸਕਦਾ ਵੀ ਇਦੋਂ ਬਾਅਦ ਵੀ ਅਸੀਂ ਇਕੱਠੇ ਵੀ ਕਰੀਏ ਸੇਵਾ ਮਰੀਜ਼ਾਂ ਦਾ ਭਲਾ ਹੋਣਾ ਚਾਹੀਦਾ ਇਹ ਚ ਕਿਸੇ ਨੂੰ ਇਹ ਤਾਂ ਨਹੀਂ ਦਿੱਕਤ ਵੀ ਕੱਲ ਕੌਣ ਕਰ ਰਿਹਾ ਜੋ ਮੈਂ ਵੀ ਜੋ ਮੈਂ 2 ਪੁਆਇੰਟ ਰੱਖੇ ਸੀ ਬਾਈ ਮੈਂ ਉਹਨਾਂ ਤੇ ਖੜਿਆ ਮੈਨੂੰ ਫੇਸਬੁੱਕ ਦਾ ਪਤਾ ਸੀ ਉਹਨੇ ਮੈਨੂੰ ਖਾਤਾ ਕੱਢ ਕੇ ਦਿਖਾਤਾ ਸਾਰਾ ਮੈਂ ਸਮਝ ਗਿਆ ਵੀ ਜੇ 3-4 ਲੱਖ ਰੁਪਏ ਹੈਗਾ ਤੇ ਇਹਨਾਂ ਦੇ ਯਾਰ ਖਰਚੇ ਵੀ ਨੇ ਜਿਹੜੇ ਕਿ ਇੱਕ ਮੈਂ ਗੱਲ ਪੁੱਛਣਾ ਚਾਹੂੰਗਾ ਕਿ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਇੱਕ ਵਾਰੀ ਅਨਮੋਲ ਬਾਈ ਨਾਲ ਗੱਲ ਕਰਨੀ ਚਾਹੀਦੀ ਸੀਗੀ ਬਾਈ ਉੱਥੇ ਇਦਾਂ ਗੱਲ ਹੋ ਗਈ ਸੀ ਉਦੋਂ ਪਹਿਲਾਂ ਮੈਂ ਸਕਰੀਨਸ਼ਾਟ ਦਿਖਾਏ ਨੇ ਇਸ਼ੂ ਦੀ ਗਲਤੀ ਹੈਗੀ ਵੀਰੇ ਬੋਲਿਆ ਗਲਤ ਨਹੀਂ ਬੋਲਿਆ ਤੂੰ ਦੱਸ ਦੇ ਇਸ਼ੂ ਉਹੀ ਗੱਲ ਹੈ ਜਦੋਂ ਇਹਨਾਂ ਨੇ ਵੀਡੀਓ ਪਾਤੀ ਉਦੋਂ ਇਸ਼ੂ ਦੇ ਮਨ 'ਚ ਵੀ ਹੋ ਗਿਆ ਨਹੀਂ ਪਾਤੀ ਬਾਈ ਮੇਰੇ ਖਿਆਲ ਨਾਲ ਪੋਸਟ ਪਾਉਣ ਤੋਂ ਬਾਅਦ ਹੀ ਤੁਹਾਡੀ ਸ਼ੂਟ ਹੋਈ ਕਿਸੇ ਐਨਜੀਓ ਵਾਲਿਆਂ ਨੂੰ ਪੈਸੇ ਆਉਂਦੇ ਉਸ ਤੋਂ ਬਾਅਦ ਮੇਰੀ ਪੋਸਟ ਮੇਰੇ ਨਾਮ ਦੀ ਪੋਸਟ ਪਾਈ ਅਨਮੋਲ ਪਾਤਰਾ ਲਿਖ ਕੇ ਪੋਸਟ ਪਾਈ ਹੋਈ ਤੁਹਾਡੀ ਹੁਣ ਵੀ ਪਈ ਹੋਈ ਹੈ ਫੇਸਬੁੱਕ ਤੇ ਜੋ ਵੀ ਮਿਸਅੰਡਰਸਟੈਂਡਿੰਗ ਹੋਈ ਹੁਣ ਕਲੀਅਰ ਹੈ ਕਲੀਅਰ ਹੈ ਨਾ ਹੁਣ ਜੇ ਕਿਸੇ ਮੈਂ ਇਹ ਸਫਾਈ ਕਰਕੇ ਨਹੀਂ ਵੇਟ ਇਹ ਕਰਦੇ ਸੀਗੇ ਵੀ ਜੇ ਕੋਈ ਹੋਰ ਹੋਣਾ ਤਾਂ ਬਹੁਤ ਵੇਟ ਕਿਉਂ ਕਰ ਅਸੀਂ ਤਾਂ ਇਹ ਗੱਲ ਬਾਈ ਉਦਾਂ ਵੀ ਕਰ ਸਕਦੇ ਹਾਂ ਅਨਮੋਲ ਤੁਹਾਡੇ ਇੱਕ ਅੱਛੇ ਫਰੈਂਡ ਰਹਿ ਚੁੱਕੇ ਨੇ ਸਿਟੀ ਸੋ ਲੱਗਦਾ ਵੀ ਤੁਹਾਨੂੰ ਨਹੀਂ ਹੈ ਵੀ ਅਨਮੋਲ ਬਾਈ ਨੇ ਕਿ ਜਿਹੜੇ ਬੰਦੇ ਮੇਰੇ ਪੈਸੇ ਜਿਹੜੇ ਜਾਣਨਾ ਚਾਹੁੰਦੇ ਨੇ ਕਿੰਨੇ ਪੈਸੇ ਮੈਂ ਕਮਾਉਣਾ ਵਾ ਤਾਂ ਉਹਨਾਂ ਨੂੰ ਸਾਰੀ ਇਨਕਮ ਦੱਸੂਗਾ ਕਿ ਮੇਰੀ ਜਗ੍ਹਾ ਆ ਕੇ ਬਹਿ ਜਾਓ ਹਾਂ ਬਿਲਕੁਲ ਇਹਨਾਂ ਦਾ ਤਾਂ ਇਹਦਾ ਕਾਰੋਬਾਰ ਹੈ ਨਾ ਇਹ ਥੋੜੀ ਕਾਰੋਬਾਰ ਦੇ ਦਿੰਦੇ ਆਪਣਾ ਮੈਨੂੰ ਨਹੀਂ ਕਹਿ ਸਕਦਾ ਮੈਂ ਤਾਂ ਨਹੀਂ ਕਿਹਾ ਹੈਗਾ ਵੀ ਮੈਂ ਤੇਰੀ ਐਨਜੀਓ ਚਲਾਉਣੀ ਹੈ ਇਹ ਕਹਿੰਦਾ ਵੀ ਜਿਹੜੇ ਤੋਂ ਹਿਸਾਬ ਮੰਗਦੇ ਨੇ ਪੂਰਾ ਵੀ ਮੈਂ ਇੰਨੇ ਦਾ ਡਾਲਰਾਂ ਦਾ ਇਹਦੇ ਕੋਲ ਸਕਰੀਨਸ਼ਾਟ ਜਿਹੜੇ ਇਹਨਾਂ ਨੂੰ ਸਕਰੀਨਸ਼ਾਟ ਭੇਜੇ ਨੇ ਦਾਦਾ ਬੈਂਕ ਆਫ ਬਰੋਡਾ ਦਾ ਖਾਤਾ ਹੈ ਇਹਨੂੰ ਉੱਥੋਂ ਪੈ ਫਿਲਮ 'ਚੋਂ ਪੈਸੇ ਆਏ ਵੀ ਉਹ ਇਹ ਕਹਿੰਦਾ ਕਾਪੀਆਂ ਚੁੱਕ ਲਓ ਮੈਂ ਦਵਾ ਦੇਣਾ ਵਿੱਚ ਵੀ ਕਾਪੀਆਂ ਚੁੱਕ ਲਓ ਕੱਲ ਤੋਂ ਇੱਥੇ ਬਹਿ ਜਿਓ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਕਹੀ ਜਾਂ ਹੁਣ ਮੈਂ ਤੁਹਾਨੂੰ ਕਹਵਾਂ ਯਾਰ ਇੱਥੇ ਐਨਜੀਓ ਚਾਹੋ ਤੁਹਾਨੂੰ 5 ਲੱਖ ਰੁਪਏ ਮਹੀਨਾ ਦਵਾਂਗਾ ਸਾਰੇ ਮੰਨ ਜੂਗੇ ਮੈਂ ਕਹਾਂ ਘਰੋਂ ਲੈ ਕੇ ਆਣੇ ਪੈਸੇ ਕੋਈ ਨਹੀਂ ਮੰਨੂਗਾ ਉਹੀ ਰੌਲਾ ਵੀ ਹੋ ਸਕਦੀ ਜੇ ਚਾਰ ਛਿੱਲੜ ਬਾਈ ਆਬਵੀਅਸਲੀ ਸਿੱਧੀ ਗੱਲ ਹੈ ਕੋਰੀ ਕਰਾਰੀ ਗੱਲ ਹੈਗੀ ਸੇਵਾ ਭਾਜੀ ਤਾਂ ਹੋ ਸਕਦੀ ਹੈ ਹੁਣ ਜੇ ਮੇਰਾ ਆਪਣਾ ਹੀ ਸਰਦਾ ਪੁੱਜਦਾ ਮਾੜਾ ਮੋਟਾ ਹੈਗਾ ਵੀ ਮੈਂ ਭਾਜੀ ਮਿਨੀਮ ਜਿਵੇਂ ਹੁਣ ਮੈਂ ਪਹਿਲਾਂ ਬਾਈ ਨਹੀਂ ਕਦੇ ਕਰੀ ਹੈਗੀ ਮੈਂ 7-8 ਮਹੀਨੇ ਤੋਂ ਹੈਗਾ ਮਹਾਰਾਜ ਨੇ ਮੇਰੀ ਬਾਹ ਫੜੀ ਹੈ ਮੈਂ ਤਾਂ ਇਹ ਕਹਿਣਾ ਔਨ ਰਿਕਾਰਡ ਸੁਣ ਲਓ ਵੀ ਮੈਂ ਇਹ ਗੱਲ ਕਹਿਣਾ ਮੈਨੂੰ ਜੋ ਕੁਛ ਸੀਗਾ ਡੈਡੀ ਹੁਣੀ ਦੇ ਗਏ ਮੇਰਾ ਸੈਟਅਪ ਸਾਰਾ ਕੁਝ ਬਣਿਆ ਆਇਆ ਮੇਰੇ ਘਰ ਦੇ ਮਨਾ ਕਰਦੇ ਇਦਾਂ ਨਾ ਬੋਲਿਆ ਕਰ ਠੀਕ ਹੈ ਮੈਨੂੰ ਬਾਈ ਉੱਤੇ 4-5 ਹਜ਼ਾਰ ਰੁਪਏ ਬਣਦਾ ਮੈਂ ਉਹ ਵੀ ਦੇ ਦਿਆ ਕਰਨਾ ਮੇਰੇ ਸ਼ੌਂਕ ਪੂਰੇ ਹੋ ਗਏ ਬਾਈ ਸਾਰੇ ਇਹ ਮੈਂ ਇੰਨੇ ਬੰਦਿਆਂ 'ਚ ਮੈਂ ਕਿਸੇ ਹੋਸ਼ ਹਵਾਸ 'ਚ ਹੀ ਕਹਿ ਰਿਹਾ ਵੀ ਜਿਹੜੀ ਇੱਜ਼ਤ ਉਹ ਚੀਜ਼ ਨਾਲ ਮਿਲਦੀ ਹੈ ਨਾ ਬਾਈ ਉਹ ਕਿਤੇ ਨਹੀਂ ਮਿਲਦੀ ਹਾਂ ਜੇ ਮੈਂ ਇਹਦੇ ਤੇ ਕੋਈ ਇਹਦੀ ਮੇਰੇ ਕਰਕੇ ਇੱਕ ਵੀ ਉਹ ਕਹਿੰਦਾ ਤੇਰੇ ਕਰਕੇ ਟੁੱਟਿਆ ਨਹੀਂ ਜੁੜਿਆ ਉਹ ਕਹਿੰਦਾ ਵੀ ਹਨੀ ਦੀ ਵੀਡੀਓ ਦੇਖੀ ਤੇਰੇ ਵਿਰੁੱਧ ਬੋਲਦਾ ਜੀ ਮੈਂ 20,000 ਦੀ ਸੇਵਾ ਕਰਨੀ ਹੈ ਠੀਕ ਹੈ ਵੀ ਚਲੋ ਇੱਕ ਤਾਂ ਗੱਲ ਪੈਦਾ ਹੋਏਗੀ ਕਿਸੇ ਰਾਹੀਂ ਤਾਂ ਮਰੀਜ਼ਾਂ ਦੀ ਸੇਵਾ ਹੋਣੀ ਸ਼ੁਰੂ ਹੋ ਗਈ ਬਾਅਦ ਤੋਂ ਬਾਅਦ ਬਾਜੀ ਦਰਾ ਮੈਂ ਤਾਂ ਹੁਣ ਵੀ ਕਹੂੰਗਾ ਭਾਈ ਵੱਡੇ ਲੈਵਲ ਤੇ ਇਹਦਾ ਬੈਨਰ ਲਾ ਕਰ ਹੁਣ ਵੀ ਮੈਂ ਕਹੂੰਗਾ ਕਿ ਜੇ ਕਿਸੇ ਦੇਖੋ ਮੇਰੀ ਨਾ ਬੜੀ ਯੂਥ ਨਾਲ ਨਾ ਈਗੋ ਦੀ ਫਸੀ ਹੋਈ ਹੈ ਛੋਟੀ ਉਮਰ ਹੈ ਪੁੱਤਰ ਹੈ ਹਣ ਮੈਂ ਯਾਰ ਹੁਣ ਮੈਂ ਅੱਜ ਕੀ ਕਹਿੰਦਾ ਸੀ ਐਡਾ ਵੱਡਾ ਮੁੱਦਾ ਬਾਈ ਫੋਨ ਮਾਰੇ ਜੀ ਬੰਦੇ ਨੇ ਮੈਨੂੰ ਮੈਂ ਕਿਹਾ ਪਤਾ ਨਹੀਂ ਕੀ ਆ ਚਲ ਮੈਂ ਇਹਨਾਂ ਨੂੰ ਉਂਗਲਾਂ ਲਾ ਰਹੇ ਨੇ ਐਨਜੀਓ ਵਾਲੇ ਯਾਰ ਜੇ ਮੇਰੇ ਨਾਲ ਕੋਈ ਵਹਿਮ ਹੈ ਬਹਿ ਜਾਓ ਮੁੱਦਾ ਤਾਂ ਦੇ ਕਿੱਡਾ ਤਕੜਾ ਤੇ ਮੈਂ ਕਿਹਾ ਜੀ ਦੱਸੋ ਮੈਂ ਕਿਹਾ 7:30 ਮਿਲਣਾ ਕਹਿੰਦਾ ਮੈਂ ਅੰਮ੍ਰਿਤਸਰ ਦਾ ਮੈਂ ਕਿਹਾ ਆ ਜਾਇਓ ਤੇ ਵੀ ਮੈਂ ਮਿਲਾ ਹੀ ਦਊਂਗਾ ਵੀ ਸਾਹਮਣੇ ਬੈਠਾ ਵਿੱਚ ਸਵਾਲ ਤੂੰ ਵੀ ਪੁੱਛ ਲਈ ਇੱਕ ਕਹਿੰਦਾ ਨਹੀਂ ਮੈਂ ਕਿਹਾ ਮੁੱਦਾ ਕੀ ਆਪਣਾ ਕਹਿੰਦਾ ਔਖਾ ਬੋਲਦਾ ਮੈਂ ਗੱਲ ਕਰਦਾ ਮੂਹਰੇ ਖੜਾ ਟੇਬਲ ਟਾਕ ਕਰ ਲਿਓ ਆ ਕੇ ਇਹਦੇ ਨਾਲ ਬਹਿ ਜਾਓ ਤੁਹਾਨੂੰ 4-4 ਸਾਲ ਹੋ ਗਏ ਨਾ ਬੋਲਦੇ ਤੁਹਾਡਾ ਕੁਝ ਕਿਉਂ ਨਹੀਂ ਬਣਿਆ ਤੁਸੀਂ ਕਿਉਂਕਿ ਨਾਲ ਰਹਿ ਕੇ ਉਹਦੇ ਨਾਲ ਉਹਦੀਆਂ ਰਿਕਾਰਡਿੰਗਾਂ ਕਰੀਆਂ
पौने 2 लाख फॉलोअर 1.5 लाख लुधियाने का ठीक है। दूजी गल मेरे लिए गुरुद्वारा कटाणा देखसर साहब तो उत्ते कुछ नहीं सी, मैं उत्ते गड्डी खड़ा के बिल्कुल गुरु साहब वाल फोटो करके कहती भी जे मैं मशहूर होने लई कीता होवे मेरा कख ना रहे, तुसीं भी सिर ते पग बन्नी, एदो वड्डा तां नहीं कुछ हो सकदा। बर्दाश्त करना शुरू करो, जे कल नूं मैनूं सोशल मीडिया ते पैसे आने शुरू हुंदे ने भाई, मैनूं 8 साल हो गए, 15 लाख 20 लाख दी गेम है, ठीक है जी, इह करके सेवा लैंदे, मेरी ओह डाउट सी मेरा क्लियर हो गया, मैं साफ कहना मैं आप देखिया। बाकी मेरी एक होर बेनती है, मेरी सारी यूथ नूं बेनती है कि सेवा करके जे तुहाडे छिल्लड़ बणदे सारे ने चक्या नहीं, पत्रकार ने भी बई जेडे बंदे सांदे जिवें हुण हीरा भाई ने बिच बह के समझो चलो गल कराती, उन्होंने की पॉइंट चक्या, गल मैं इशू दी कर रहा, फोटो अनमोल दी लगी हुई है, भी पता है व्यूज होने ही तां ही है, फिर यह गल नहीं भाजी हैगी गलत, ਤੁਸੀਂ ਦੋਨੇ ਤੁਸੀਂ ਵੱਡੇ ਭਾਈ ਵਾਂਗੂ ਖੜੇ ਹੋ, ਠੀਕ ਹੈ ਚਲੋ ਚੱਲਦੇ ਆ ਨਾ ਕੈਮਰੇ, ਵੀ ਤੁਸੀਂ ਕਿਹਾ ਵੀ ਸੇਠੀ ਤੂੰ ਇੱਥੇ ਮੰਨਦਾ, ਮੈਂ ਹਾਂ ਬਈ ਮੈਂ ਮੰਨਦਾ ਵੀ ਮੇਰੇ ਗਲਤ ਫੈਮਲੀ ਹੋ ਗਿਆ, ਪਰ ਮੈਂ ਕਿਸੇ ਦਾ ਨਹੀਂ ਹੈਗਾ, ਪਰ ਮੈਂ ਵਿੱਚ ਇਹ ਵੀ ਕਿਹਾ ਉਹ ਤਾਂ ਨਹੀਂ ਕਿਸੇ ਨੇ ਚਲਾਇਆ ਵੀ ਸੇਵਾ ਜਾ ਕੇ ਮੈਂ ਅਨਮੋਲ ਦੇ ਪੈਰੀ ਹੱਥ ਲਾਉਂਦਾ, ਘੱਟੋ ਘੱਟ ਸੇਠੀ ਭਰਾਵਾ ਆਪਣੀ ਕਲੀਅਰ ਕਰਨ ਦਾ ਆਇਆ, ਪਹਿਲਾ ਸੂਰਮਾ ਜਿਹਨੇ ਫੇਸਬੁੱਕ ਤੇ ਬੋਲ ਕੇ ਆਇਆ, ਬਾਕੀ ਦਾ ਕੈਨੇਡਾ ਅਮਰੀਕਾ ਬਹਿ ਕੇ ਇਹ ਗੱਲ ਕਹੀ ਸੀ ਵੀ 6-7 ਸਾਲ ਹੋ ਗਏ ਅੱਜ ਤੱਕ ਕੋਈ ਨਹੀਂ ਆਇਆ ਨਹੀਂ ਹੈਗਾ, ਮੇਰੀ ਟੀਮ ਸੋਚ ਲਓ, ਅੱਜ ਤੁਸੀਂ ਕਹਿ ਰਹੇ ਸੀ ਨਾ ਬਾਰ ਬਾਰ ਸਾਰੇ ਕਹਿ ਰਹੇ ਸੀ ਨਹੀਂ ਆਣਾ, ਉਹ ਗਲਤ ਨਹੀਂ ਕਹਿ ਰਹੇ ਸੀ, ਉਹ ਕਹਿੰਦੇ ਸੀ ਸਿਰਫ ਫੇਸਬੁੱਕ ਤੇ ਰਿਕਾਰਡ ਹੈ ਵੀ ਰਿਕਾਰਡ ਹੈ ਹੈਗਾ ਵੀ ਕੋਈ ਆਇਆ ਹੈ, ਹਾਂ ਮੈਂ ਸੰਗੀ ਦਾ ਸੀ ਖੜੇ ਆ, ਮੈਨੂੰ 2% ਗਏ ਮੈਂ ਕਹਾਂ ਮੇਰੇ ਕਿਉਂ ਕਿਉਂ ਕਿਉਂਕਿ ਅੱਜ ਤੱਕ ਕੋਈ ਆਇਆ ਹੀ ਨਹੀਂ, ਕਿਉਂਕਿ ਉਹ ਸਾਰੇ ਝੂਠੇ ਸੀ, ਇਹਨਾਂ ਨੂੰ ਡਾਊਟ ਸੀ, ਇਹਨਾਂ ਨੇ ਕਲੀਅਰ ਕਰ ਲਿਆ, ਜੇ ਹੋਰ ਕਿਸੇ ਨੂੰ ਕੋਈ ਐਨਜੀਓ ਦਾ ਡਾਊਟ ਹੈ ਉਹ ਆ ਕੇ ਕਲੀਅਰ ਕਰ ਲਓ, ਇਹਨਾਂ ਵੱਡਾ ਬੰਦਾ ਇੰਨੀ ਟੀਮ ਨਾਲ ਮੇਰੇ ਕੋਲ ਦੁਕਾਨ ਤੇ ਆਇਆ, ਆਪਾਂ ਡੁੱਲੇ ਡੱਲੇ ਨਹੀਂ, ਉਹਨੇ ਮੈਨੂੰ ਆ ਕੇ ਸਕਰੀਨਸ਼ਾਟ ਦਿਖਾਏ ਆ, ਮੇਰੇ ਬਰਾਬਰ ਖੜ ਕੇ ਗੱਲ ਕਰੀ ਵੀ ਤੂੰ ਆਹ ਪੁੱਛਦਾ ਸੀ ਵੀ ਤੇਰੇ ਵੱਧ ਜਾਣ ਦਾ ਕੀ ਕਾਰਨ ਹੈ, ਮੇਰਾ ਕੀ ਕਾਰਨ ਹੈ, ਮੇਰਾ ਕਲੀਅਰ ਹੋ ਗਿਆ ਭਾਜੀ, ਠੀਕ ਹੈ ਸਰ, ਧੰਨਵਾਦ, ਥੈਂਕ ਯੂ ਭਾਜੀ, ਥੈਂਕ ਯੂ।